ओए प्रौणिया तू भी साढ़े वांगू नाम शब्द ले ला, सिमरन करया कर। आ देख मेरी सारी जिंदगी लंघ गई, मैं कदे भी आ दारू प्याले के नहीं झाकया नहीं हैगा। अच्छा होर ये ले बई, मैनू तो यह प्रौणिया दारू लगती आ। दारू कानू है ये तो कंजर दिया, पाकिस्तानी बत्ता, पाकिस्तानी बत्ता। खंघ, बुखार, कब्जी, शुगर है, गैस की बीमारी सारिया दूर कर दी है। अच्छा हाँ। चक भाई ला गया फाटक। सुनाम वाली बस लंघ गई का आऊगी? ना भाई हजे नहीं लंघी। तू भैन किधर जाना? मैं भी सुनाम करनी जाना। होर भैन भाई भतीजे ठीक ने सारे? हाँ ठीक है, तू सुना। भैन मैं तो ठीक हाँ, तू दस का तो खानिया भरी आई? माड़ी गल। मैं कहा मकान गए ओद दैड़ दैड़ कुट ता ढाई जने ने। मैं ओद कहता माही जी मज कुटती, अही जी तू जनानी कुटती। भी की गल भाई कुटी जाना सारे ना, ये तो माड़ी गल ओदी कुटनी। नाले तू मेरी गल सुन लै भैने, पेके ना जाई तेरा घर बर्बाद हो जूगा, सुखना तेरे जवाक रुलन गए। वो तो होर जनानी लिया के बाड़ दूगा घरे। होर मर जा नहीं, ये तो मैं सोचा ही नहीं। तेन तो पति नहीं, ओनू तो होर खुल खेल मिल जू। और खुल खेल होर मिल जूगी, होर जनानियां भज्जिया फिरनियां, होर आने पिछे फिरूगा भज्जा भज्जा। नहीं वो तो मेरा घर बर्बाद कर दूगा। हाँ मेरी गल भैने अज पले बन लै, जमा ना जाए छड़ के आपका घर बार। ए कह कंजर नू, वो तो हरामी है ता ही दाह जाइए। हराम ज्यादा किमें फिर, मैं तो उदा इन्ना गुस्सा चढ़िया जो तू दैड़ दैड़ सड़क से कुटी सी। मैं तो घरें जाके भी इन्ना कहा डैडी नू, मां बाला भैड़ा बंदा। वह मैं कर दी हाँ, मैं नहीं जाती रस के, मैं तो वो बरोबर बसू। हाँ। हल्क च गूठा हाँ। दे के कहीं कह मेरी जाती है पैर की जुत्ती, मैं नहीं जाती जुंदी। कह पेक्या के घरों डोली जाती है, सौरिया के घरों का अर्थी जाती है। नहीं भैने कहीं तूनू, तू तो मैं बाली वधिया गल दसी, मेरा तो घर उजड़ जाता। चंगा भैने हाँ। मैं चलती, मैं उन्होंने चौरे नू दिनी अकल जा। भैने तू जा, मैं तो बस चंगा भैने। हाँ आपका घर ना बर्बाद कर। राजू तो लवानी है फोन करनाल नू, नंबर रब तो बब्बू दे मामे नू फोन तो लापत हो चक भी लवे करनाल कित खेत कन्नी ना गया होवे। वाहेगुरु वाहेगुरु लिया पता। हेलो ਵੀਰ ਸਤਿ ਸ੍ਰੀ ਅਕਾਲ, ਸਰਜੀਤ ਬੋਲਦੀ ਆ। ਅੱਛਾ ਹਾਂ ਸਰਜੀਤ ਭੈਣੇ, ਕੀ ਹਾਲ ਐ ਤੇਰੇ? ਠੀਕ ਆ ਵੀਰੇ, ਤੂੰ ਸੁਣਾ ਕਿੱਧਰ ਸੀ? ਹਾਂ ਹੋਰ ਐ ਦੱਸ, ਆਰ ਪਰਿਵਾਰ ਠੀਕ ਆ, ਸੁੱਖ ਸਾਂਦ ਐ? ਆਰ ਪਰਿਵਾਰ ਤਾਂ ਠੀਕ ਆ, ਮੇਰੀ ਗੱਲ ਸੁਣ ਕੇ ਜਾ ਕੇ। ਕੀ ਗੱਲ ਹੋ ਗਈ ਭੈਣੇ, ਤੂੰ ਰੋਦੀ ਕਾਤੋਂ ਆ? ਰੋਣਾ ਨੀ ਤਾਂ ਹੋਰ ਕੀ ਕਰਾਂ, ਚੋਰੇ ਦੀ ਜਾਨ ਨੂੰ ਸਿਆਪਾ ਕਰਦੀ ਆ। ਜਦੋਂ ਦੇਖਦਾ ਨੂੰ ਮੂਹਰੇ ਕੁੱਟ ਦਿੰਦਾ, ਕਦੀ ਥਾਪੀਆਂ ਨਾਲ ਕਦੀ ਫੋੜਿਆਂ ਨਾਲ, ਮੇਰਾ ਤਾਂ ਜੀਣਾ ਹਰਾਮ ਕੀਤਾ ਪਿਆ। ਐ ਕਿਵੇਂ ਕੁੱਟ ਦਿੰਦਾ ਗਾ ਪ੍ਰਾਹੁਣਾ ਤੈਨੂੰ? ਨਾ ਮੁੰਡਾ ਸੁਣੇ ਨਾ ਸੁਣੇ ਬਹੂ, ਨਾ ਉਹਦੀ ਐਡੀ ਹਿੰਮਤ ਘਰ ਪੱਟੂਗਾ ਹੁਣ ਉਹ ਆਪਦਾ। ਮੈਂ ਤਾਂ ਦੱਸਦੀ ਨੀ ਕਿਸੇ ਨੂੰ, ਸ਼ਰਮ ਦੀ ਮਾਰੀ। ਆ ਕੇ ਜਾ ਵੀਰਾ, ਮੈਂ ਬਾਹਲਾ ਦੁਖੀ ਆ ਇਹਨਾਂ ਤੋਂ, ਕੁੱਤਿਆਂ ਵਾਲਾ ਹਾਲ ਕੀਤਾ ਆ ਮੇਰਾ। घर मेरी आंदी तक आ जी। ਚੰਗਾ ਵੀਰਾ, ਤੂੰ ਰੋਣਾ ਨਹੀਂ। ਹਾਂ ਘਰ ਜਾਈ ਭੈਣੇ, ਤੂੰ ਸਿੱਧੀ ਹੁਣ। ਅੱਛਾ ਵੀਰਾ, ਚੰਗਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੋਈ ਨਾ ਆਉਣਾ ਮੈਂ ਕਰਦਾ ਗੱਲ ਉਹਦੇ ਨਾਲ। ਆ ਲੈ ਪੁੱਤ, ਕਿਸੇ ਕੋਲ ਗੱਲ ਨਾ ਕਰੀ। ਚੰਗਾ ਪੁੱਤ ਮੈਂ ਚੱਲਦੀ ਹਾਂ। ਸਤਿ
ਨਾਲ ਕਹਿੰਦੇ ਜਵਾ ਕਰੇ ਜਮੀਨ ਆ ਗਈ ਆਹੋ ਆ ਗਈ ਗਈ ਨੀ ਤੇਰੇ ਹਲਕ ਚ ਗੂਠਾ ਦੇ ਕੇ ਇੱਥੇ ਬਸੂ ਤੂੰ ਕਰੂੰ ਪਿੱਛੇ ਮੌਜਾਂ ਮੈਂ ਨੀ ਜਾਂਦੀ ਜਦੋਂ ਪਤਾ ਨਾਲੇ ਪ੍ਰਾਹੁਣੇ ਬਿਨਾਂ ਜੀ ਨੀ ਲੱਗਦਾ ਗਈ ਕੀ ਅੰਬ ਲੈਣ ਸੀ ਅੰਬ ਲੈਣ ਲੈ ਕੇ ਆਇਆ ਉੱਥੇ ਮੇਰੇ ਕੋਲ ਕੁਛ ਹੋਰ ਨਾ ਕਹਾ ਲਈ ਹੁਣ ਤੈਨੂੰ ਨੀ ਮੈਂ ਮੌਜਾਂ ਕਰਨ ਦਿੰਦੀ ਇਹ ਤੂੰ ਛੱਡ ਦੇ ਹਾਂ ਤੈਨੂੰ ਕੋਈ ਓਟਦਾ ਹੀ ਨੀ ਬਹੁਤਾ ਨਾ ਭੌਂਕ ਹੁਣ ਵਗ ਜਾ ਪੱਖੇ ਥੱਲੇ ਵਗ ਜਾ ਅੱਕ ਧੀ ਫਿਰ ਅਗਲੇ ਨੇ ਹੈ ਓਟੀ ਨਹੀਂ ਹੈਗੀ ਹੋ ਭੌਂਕ ਓਏ ਉਹ ਟਾਈਮ ਵਗ ਗਿਆ ਜਦੋਂ ਤੇਰੀ ਹਰੇ ਸਵਰਾਜ ਨਹੀਂ ਚੜਾਈ ਹੁੰਦੀ ਸੀ ਹੈ ਹੁਣ ਤਾਂ ਮੇਰੇ ਸਾਲਕਣੀ ਦੇ ਤੇਰਾ ਦੋ ਵੀਲੇ ਵਾਲਾ ਇੰਜਣ ਵਾਲਾ ਹਾਲ ਹੋਇਆ ਪਿਆ ਜੇ ਤੂੜੀ ਵਾਲੇ ਚ ਇੱਕ ਵਾਰ ਸਿੱਟਤੀ ਨਾ ਦੋ ਸਾਲ ਉੱਥੇ ਹੀ ਪਈ ਰਹੇਗੀ ਹੱਕੀ ਹੁੱਕੀ ਕੋਈ ਨੀ ਆਪ ਮੜ ਕੇ ਆਈ ਆ ਭਰਾ ਭਰਜਾਈਆਂ ਤੇ ਹਜੇ ਵੀ ਸਰਦਾਰੀ ਆ ਜਾਣਦਾ ਮੈਂ ਕਿੰਨੀ ਕੁ ਸਰਦਾਰੀ ਹੈ ਤੇਰੀ ਜਾਣਦਾ ਮੈਂ ਉੱਥੇ ਹੀ ਵਿਆਹਿਆ ਹੋਇਆ ਮੈਂ ਹੈ ਮੈਂ ਕੀ ਗਵਾਂਢ ਤੇ ਵਿਆਹਿਆ ਹੋਇਆ ਭਾਂਡੇ ਮਾਂਜ ਕੇ ਰੋਟੀ ਖਾਣੀ ਹੈ ਭਾਂਡੇ ਮਾਂਜ ਕੇ ਬਹੁਤਾ ਨਾ ਭੌਂਕ ਇੱਥੇ ਸਰਦਾਰਨੀ ਹੈ ਤੇ ਤਾਂ ਸਰਦਾਰਨੀ ਬਣ ਕੇ ਨਹੀਂ ਰਿਹਾ ਜਾਂਦਾ ਹੈ ਸਰਦਾਰਨੀ ਆ ਉਹਲਾ ਝਾਟਾ ਤੇਰਾ ਦੇ ਕਰਤੂਤਾ ਖਣੇ ਵੀ ਫਿਰ ਜਦੋਂ ਦੇਖਦਾ ਉੱਥੇ ਥਾਪੜ ਦਿੰਦਾ ਤੈਨੂੰ ਕਿਤੇ ਮਾਂਜ ਨਾ ਵਗ ਜਾ ਲੈਣ ਦਵਾਰੋਂ ਹੈ ਤੂੰ ਤਾਂ ਹੁਣ ਐ ਕਹਿਣੀ ਹੈ ਜਿਵੇਂ ਸੱਜਰੀ ਵਹੀ ਨੂੰ ਮੈਂ ਤੈਨੂੰ ਮਨਾਉਣ ਜਾਂਦਾ ਹੁੰਦੀ ਟਾਟਾ ਸੋਮੋ ਭਰ ਕੇ ਪੰਚਾਇਤ ਦੀ ਵੀ ਉਵੇਂ ਮਨਾ ਕੇ ਲਿਆਵੇ ਪਤਾ ਕਿੰਨੀ ਸੂਟ ਲੈ ਲਾ ਬੇ ਮੈਨੂੰ ਹੋਰ ਨੱਤ ਪਾ ਤੂੰ ਭੇੜ ਜਾ ਯਾਰ ਕਿਉਂ ਐ ਕਰੀਏ ਨਾ ਪਹਿਲਾਂ ਦੇ ਬੰਦੇ ਆ ਗਏ ਮੇਰਾ ਸਾਲ ਕਢਾਈ ਨਹੀਂ ਹਰਦਾ ਗਾਲਾਂ ਕੱਢਣੋ ਕਿਉਂ ਹੱਥ ਚੱਕਦਾ ਮੁੰਡੇ ਤੇ ਯਾਰ ਮੈਂ ਗੇਮ ਖੇਡਦਾ ਤੇ ਤੈਨੂੰ ਦੱਸ ਭਾਪੇ ਕੀ ਹੁੰਦਾ ਅੱਗ ਲੱਗਿਆ ਗੇਮ ਖੇਡਣ ਨੂੰ ਹੈ ਕੰਮ ਕਰ ਕਰ ਲਿਆ ਕਰ ਮਾੜਾ ਮੋਟਾ ਵਿਆਹ ਹੋਏ ਨੂੰ ਤੇਰਾ ਸਾਲ ਹੋ ਗਿਆ ਹੈ ਦਾਲੀ ਤੇਰੇ ਮੂੰਹ ਤੇ ਆ ਗਈ ਕੀ ਕੰਮ ਕਰਾ ਹੈਗਾ ਕੋਈ ਕੰਮ ਕਰਾ ਤੇਰੇ ਨਾਲ ਦੇ ਅੱਧੇ ਨੇ ਹੈ ਜਿਹੜੇ ਕੰਮ ਕਰਦੇ ਨੇ ਆ ਤਿਰਪੇ ਵਾਲਾ ਜੱਗੀ ਆ ਪੱਥਰ ਲਾਉਂਦਾ ਥੱਲੇ ਬਿੱਲੂ ਕੇ ਵਾਲਾ ਮੁੰਡਾ ਘਰ ਬਣਾਉਂਦਾ ਹੈ ਰੰਗ ਰੋਗਣ ਤੈਨੂੰ ਗੁਰਜੀਤ ਕੋਲੇ ਲਾਇਆ ਹੋਣਾ ਸਖਲਾ ਮੜਾ ਮੋਟਾ ਕੰਮ ਫਿਰ ਮੇਰਾ ਇੰਟਰਸਟ ਹੀ ਨਹੀਂ ਇਹ ਕੰਮ ਚ ਮੈਂ ਕਿਵੇਂ ਕਰ ਲਾਂ ਦਿਹਾੜੀਆਂ ਕਰੂੰਗਾ ਮੇਰਾ ਮੁੰਡਾ ਹੁਣ ਦਿਹਾੜੀਆਂ ਕਰੂੰ ਨਾਲੇ ਐ ਕਰ ਓਏ ਕੁੜੀ ਚੋਦਿਆ ਕੁਲਚੇ ਜੇ ਵੇਚ ਲਿਆ ਕਰ ਨਹੀਂ ਆਂਡੇ ਦੇੜੀ ਲਾ ਲੈ ਪੰਜ ਸੱਤ ਤਾਂ ਬੱਟਿਆ ਕਰੇਗਾ ਹੱਥ ਨੂੰ ਤੂੰ ਮੈਂ ਮਰ ਜਾ ਨਹੀਂ ਜੱਟ ਦਾ ਪੁੱਤ ਹੋ ਕੇ ਹੁਣ ਰੇੜੀਆਂ ਲਾਉਂਗਾ ਸੋਚਦਾ ਨਹੀਂ ਵੀ ਐਡੀ ਕਾ ਸੋਚਦਾ ਨਹੀਂ ਵੱਡੀ ਹੈ ਨਹੀਂ ਕਹਿੰਦੇ ਡੀਸੀ ਨਾ ਲੱਗ ਜੇ ਤੇਰਾ ਪੁੱਤ ਕਹਾ ਹੈ 12ਵੀਂ ਤਾਂ ਮੇਰਾ ਸਾਲਾ ਮਸਾ ਪਾਸ ਕਰੀਏ ਨੇ ਮਰੀ ਜਾਂਦਾ ਕਿਸੇ ਹੋਰ ਥਾਂ ਇਹਨੇ ਕਿਤੇ ਟਿਕਣ ਦੇਣਾ 5-5 ਹਜ਼ਾਰ ਰੁਪਏ ਦਿੰਦੇ ਨੇ ਕਿਤੇ ਜਾਣਦਾ ਓਏ ਜਾਣਦਾ ਤੈਨੂੰ ਹੈ ਮਾੜਾ ਮੋਟਾ ਵੀਰ ਆਪਦਾ ਢਿੱਡ ਪਾਲ ਲੈ ਦੋਗਾ ਪਤਾ ਕੰਮ ਧੰਦਾ ਚਲਾ ਲੈ ਹੈ ਕਿੰਨਾ ਕੁ ਟਾਈਮ ਮੈਂ ਤੇਰਾ ਕਰੀ ਜਾਊਂਗਾ ਓ ਯਾਰ ਪੈਸਾ ਨਾਲ ਚੱਲਦਾ ਦੇ 50,000 ਤੂੜੀ ਵਾਲੀ ਮਸ਼ੀਨ ਲਿਆਉਣਾ ਬੰਦਾ ਇਹਦਾ 50,000 ਦੀ ਅੱਗ ਲੱਗੀ ਰਹਿੰਦੀ ਐ ਆ ਤੈਨੂੰ 20,000 ਦਿੱਤਾ ਜਦੋਂ ਚੱਕ ਕੇ ਰਾਨੇ ਨੂੰ ਮੋਬਾਈਲ ਦਵਾਤਾ ਉਦੋਂ 20,000 ਦਾ ਹੈ 5-700 ਦਾ ਸਸਤਾ ਜਿਹਾ ਲੈਂਦਾ ਕੋਈ ਮਾਰ ਮਾਰ ਕੇ ਛਿੱਤਰ ਗਾਹ ਪਾ ਦੂੰ ਚਮੜਾਈ ਜਾਂਦੀ ਇਹਨੂੰ ਤੁਸੀਂ ਲੜੀ ਜਾਓ ਹਟਦੇ ਨੀ ਹੁੰਦੇ ਮੇਰੇ ਕੀ ਕਰੇਗਾ ਤੂੰ ਤੂੜੀ ਦਾ ਪਾਪੇ 10,000 ਰੁਪਇਆ ਬਚਾ ਲਿਆ ਉਹਨਾਂ ਦੇ ਮੁੰਡੇ ਨੇ ਉਹਨਾਂ ਦੇ ਮੁੰਡਾ ਬਚਾ ਲਿਆ ਆ ਤੇਰੀ ਬੁੱਧੀ ਹੈ ਕਿ 10,000 ਬਚਾਉਣ ਦੀ ਫਿਰ ਹੋਰ ਕਰਾਂ ਕੀ ਤੂੰ ਦੱਸ ਦੇ ਉਹੀ ਕਰ ਲੈਣਾ ਉਹੀ ਕਰ ਲੈਣਾ ਮੈਂ ਇਹਨੇ ਕਿੱਥੇ ਤੈਨੂੰ ਟਿਕਣ ਦੇਣਾ ਪੁੱਤ ਮੈਂ ਦੇ ਦੋ ਉਹ ਕੰਮ ਆ ਕਿਤੇ ਜੇ ਘਰੇ ਕਬਾੜੀ ਆ ਜਾਊਗਾ ਕਬਾੜੀ ਦੇ ਪੈਸੇ ਦੇਖ ਲੂ ਕਬਾੜੀਆ ਬਣ ਜਾ ਦੁਕਾਨ ਤੇ ਲੱਗ ਜਾ ਲੈਬੋਰਟਰੀ ਕੀ ਕਰੂਗਾ ਮੈਂ ਤੈਨੂੰ ਮੈਂ ਕਹਿਣਾ ਭਾਈ ਤੂੰ ਆਪਦੇ ਜੋਗੇ ਰੁਪਈਏ ਤਾਂ ਕਮਾ ਲੈ ਹੈ ਮੈਂ ਆਪਦੇ ਜੋਗੇ ਨਹੀਂ ਛੱਡਦਾ ਤੂੰ ਆਪਦੀ ਆਪਦਾ ਦੇ ਆਪਦੀ ਬਹੂ ਦਾ ਢਿੱਡ ਤਾਂ ਭਰ ਕਰਾਂ ਕੀ ਤੂੰ ਦੱਸ ਦੇ ਮੈਨੂੰ ਓਏ ਐ ਕਰ ਓਏ ਤੈਨੂੰ ਮੈਂ ਮੈਸ ਦਵਾ ਦੇਣਾ ਓਏ ਕਾ ਹੈ ਜਿੰਨਾ ਟਾਈਮ ਤਾਂ ਦੁੱਧ ਪੀਤਾ ਗਿਆ ਦੁੱਧ ਪੀ ਲਈ ਉਦੋਂ ਬਾਅਦ ਵੇਚ ਦਿਆ ਕਰੀ ਬੀਬੀ ਸਿੱਟਾਂਗੀ ਗੋਆ ਫਿਰ ਲੈ ਆਉਣੇ ਸੀ ਤਾਂ ਕਿਉਂ ਸਿੱਟੂ ਨਹੀਂ ਔਰ ਇਹ ਟੇਸ਼ਨ ਮਾਸਟਰ ਲੱਗੀ ਹੈ ਹੈ ਦਵਾ ਦੇ ਫਿਰ ਹੱਥ ਨਹੀਂ ਦਵਾ ਦੇ ਹੋਰ ਵਧੀਆ ਝੋਟੀ ਦਵਾ ਦੇਣਾ ਨਾਲ ਤਾਂ ਡੇਰੀ 'ਚ ਦੁੱਧ ਪਾਇਆ ਨਾਲੇ ਆਪ ਰੜਕੀ ਪੀਤਾ ਉਹ ਚੱਲਾਂਗੇ 2 ਵਜੇ ਚੱਲਾਂਗੇ 2 ਵਾਲਾ ਸ਼ੂਆ ਉਹ ਭਾਈ ਮਾੜੀ ਮੋਟੀ ਸੰਗ ਸ਼ਰਮ ਕਰ ਲੈ ਹੈ ਕਿਵੇਂ ਗਲ 'ਚ ਤੂੰ ਬਾਹਾਂ ਪਾਈ ਜਾਂਦੀਆਂ ਦੇ ਉਹ ਫੇਰ ਕੀ ਹੁੰਦਾ ਭਾਪੇ ਤੁਸੀਂ ਤਾਂ ਲੜੀ ਜਾਂਦੇ ਸੀ ਬਾਹਾਂ ਵੀ ਨਹੀਂ ਪਾ ਸਕਦੇ ਤੁਸੀਂ ਤਾਂ ਕਲੇਸ਼ 'ਚ ਕੱਢਤੇ 22 ਸਾਲ ਬਾਹਾਂ ਪਾਉਣੀਆਂ ਨੇ ਕਿੱਥੇ ਜਾਣਾ ਕੋਈ ਟਾਈਮ ਹੁੰਦਾ ਬਾਹਾਂ ਪਾਉਣ ਦਾ ਮੈਂ ਦੇਖ ਕੇ ਉਹਨੇ ਯਾਰ ਮੇਰਾ ਤਿੱਦਲੀਆਂ ਵਰਗਾ ਲੱਗੀ ਹੋਈ ਹੈ ਵੀ ਮੈਂ ਦਿਖਾ ਲੈਣਾ ਨਾਲੇ ਦਾ ਜਨਮ ਦਿਨ ਆ ਕੇਕ ਕੂਕ ਕੱਟਾਂਗੇ ਹੱਥ ਨਹੀਂ ਅੱਛਾ ਭਾਈ ਜਨਮ ਦਿਨ ਆ ਭਾਈ ਤੇਰਾ ਅੱਜ ਹਾਂਜੀ ਯਾਰ ਭਾਈ ਫਿਰ ਤਾਂ ਮੈਂ ਤੈਨੂੰ ਤੋਹਫਾ ਦੇਵਾਂ ਹੈ ਦੇ ਦੀ ਤੋਹਫਾ ਦੇ ਦੀ ਫਿਰ ਬਾਪਾ ਮੈਂ ਕਰਦਾ ਇਹਦੇ 5,000 ਰੁਪਏ ਇਹਦੇ ਮੈਂ ਡਾਕਖਾਨੇ ਤੇ ਜਮ੍ਹਾਂ ਕਰਾਇਆ ਹੋਣਾ ਇਹਨੂੰ ਹੀ ਦੇ ਦੇ 10 ਸਾਲੇ ਕਰਾ ਦੇਣਾ ਕਾਹਨੂੰ ਉਹ ਦੇਸ਼ ਇਹਨੂੰ ਦੇ ਦੇ ਪ੍ਰੀਤ ਨੂੰ 5,000 ਹੁਣੀ ਲੈ ਮੈਨੂੰ ਤਾਂ 5 ਦੇ ਕੇ ਰਾਜੀ ਨਹੀਂ
ਕੱਲ ਸਾਰਾ ਦਿਨ ਟੱਟੀਆਂ ਨਾਲ ਤੜਫਦੀ ਰਹੀ, ਟੱਟੀਆਂ ਲੱਗੀਆਂ ਸੀ, ਖਾਖੀ ਗੋਲੀ ਨਹੀਂ ਲਿਆ ਕੇ ਦਿੱਤੀ ਪਰ 5-5 ਹਜ਼ਾਰ ਦਿੰਦਾ ਨੋ ਨੂੰ। ਬੂਥਾ ਦੇਖਿਆ ਤੇਰਾ ਕਿਵੇਂ ਹੈ, ਹੈ ਜਿਵੇਂ ਰਿੱਛ ਦਾ ਬੂਥਾ ਹੁੰਦਾ। ਫਿਲਮ ਫੁਲਮ ਦੇਖਣ ਕਦੇ ਨੀ ਆਉਂਦਾ, ਗੰਦੀਆਂ ਮੰਦੀਆਂ ਫਿਲਮਾਂ ਹੁੰਦੀਆਂ ਨੇ, ਇਹ ਨੀ ਦੇਖਣੀ ਹੈਗੀ ਤੁਹਾਨੇ। ਆਪਦਾ ਘਰੇ ਸਮੋਸੇ ਸਮਾਸੇ ਲਿਓ, ਘਰੇ ਖਾ ਲਓ, ਉਹਦਾ ਲਿਆ ਕੇ 1000-1200 ਹੁਣ ਉਧਰ ਗਾ ਲਿਆਉਂਗੇ। 5000 ਮੈਂ ਇਹਦੇ ਖਾਤੇ 'ਚ ਡਾਕਖਾਨੇ 'ਚ 10 ਸਾਲੇ ਕਰਾਇਆ ਹੋਣਾ। ਜਾ 10 ਕਰਾਇਆ, ਚਾਰ ਰੁਪਏ ਜੁੜ ਜਾਣਗੇ ਕੁੜੀ ਕੋਲੇ। ਹੈ ਕਿਉਂ ਤੜਫਦੀ ਹੈ, ਮੈਨੂੰ ਤਾਂ 5 ਦੇ ਕੇ ਰਾਜੀ ਨਹੀਂ, 5-5 ਹਜ਼ਾਰ ਰੁਪਈਆ ਦਿੰਦਾ। ਬੂਥਾ ਦੇਖਿਆ ਕਿਹੋ ਜਿਹਾ ਤੇਰਾ ਜਨਮ ਦਿਨ ਮਨਾਉਣ ਦੇ ਚੋਰਾ ਖੜਾ ਦੇ, ਤਾਂ ਹੀ ਮੁੜ ਕੇ ਆਈ ਆ ਹਨਾ ਤੇਰੀਆਂ ਕਰਤੂਤਾਂ ਤੋਂ ਡੱਬ ਕੇ ਮਾਰਨਿਆ ਚੋਰਿਆ ਫਰਕੀ। ਆਲੋ ਮੰਮੀ ਜੀ ਚਾਹ, ਧਿਆਨ ਨਾਲ ਗਰਮ ਆਵਣ ਜੀ। ਲੈ ਨੀ ਮੇਰਾ ਭਾਈ ਆ ਗਿਆ ਕਰਨੈਲ ਸਿੰਘ, ਮੇਰੀ ਅੰਮਾ ਜਾਇਆ, ਮੇਰੇ ਦੁੱਖ ਸੁੱਖ ਦਾ ਸਾਂਝੀ। ਜਿਉਂਦੀ ਰਹਿ ਪੁੱਤ, ਜਿਉਂਦੀ ਰਹਿ। ਸਤਿ ਸ੍ਰੀ ਅਕਾਲ ਵੀਰਾ। ਓ ਮੇਰੀ ਭੈਣ ਸਰਜੀਤ, ਲਹਿ ਬੋਲੀ ਹੈ, ਕੋਈ ਰੋਣ ਲੱਗ ਪਈ, ਬੈਠ ਬੈਠ ਕੇ ਕਰਦੇ ਆ ਦੁੱਖ ਸੁੱਖ। ਲਿਆ ਭਾਈ ਲਿਆ। ਉਹ ਬੋਲੀਏ ਰੋਂਦੇ ਨਹੀਂ ਹੁੰਦੇ ਸੁੱਖ ਨਾਲ, ਹੁਣ ਤੂੰ ਨੂੰਹ ਵਾਲੀਆਂ, ਪੁੱਤ ਵਿਆਹ ਲਿਆ, ਘਰ ਦੀ ਮਾਲਕਾਂ, ਦੱਸ ਕੀ ਦੁੱਖ ਆ ਤੈਨੂੰ। ਘਰ ਦੀ ਮਾਲਕਣ, 30 ਸਾਲ ਹੋ ਗਿਆ ਘਰ ਬਣਾਉਂਦੀ ਨੂੰ, ਇੱਥੇ ਤੱਕ ਆ ਗਈ, ਨਾ ਚੰਗਾ ਖਾਧਾ ਨਾ ਚੰਗਾ ਪਹਿਨਿਆ, ਹੁਣ ਛਿੱਤਰ ਖਾਨੀ ਆ। ਤੇਰਾ ਪੇਕਾ ਪਰਿਵਾਰ ਠੀਕ ਹੈ ਸਾਰਾ? ਹਾਂਜੀ ਸਾਰੇ ਵਧੀਆ ਜੀ। ਭਰਜਾਈ ਭਾਈ ਮੌਜਾਂ ਹੁੰਦੀਆਂ, ਉਹ ਭਤੀਜੇ ਨਿੱਕੇ ਨਿੱਕੇ ਸਾਰੇ ਖੁਸ਼ ਨੇ, ਵਧੀਆ। ਚਲ ਸ਼ੁਕਰ ਹੈ ਭਾਈ, ਵਾਹਿਗੁਰੂ ਦਾ ਸ਼ੁਕਰ ਹੈ। ਤੂੰ ਖੁਸ਼ ਰਿਹਾ ਕਰ, ਖੁਸ਼ ਰਿਹਾ ਕਰ ਮੇਰੀ ਭੈਣ। ਤੂੰ ਖੁਸ਼ ਰਹਿਣ ਦੇਵੇ ਤਾਂ ਹੀ ਆ, ਕਿਉਂ ਮੇਰਾ ਤਾਂ ਭਜਨ ਸਿਮਰਨ ਤੇ ਵੀ ਨਹੀਂ ਦਿਲ ਲੱਗਦਾ ਘਰ ਦੇ ਕਲੇਸ਼ ਵਿੱਚ। ਅੱਛਾ, ਉਹ ਮਾੜਾ ਮੂੜਾ ਤਾਂ ਨਹੀਂ ਬੋਲਦਾ ਆਪਣੇ ਗੁਰੂ ਨੂੰ? ਬੋਲਦਾ ਬਥੇਰਾ, ਭੌਂਕਦਾ ਕੁੱਤੇ ਵਾਂਗੂ, ਨਾਮ ਸ਼ਬਦ ਤੇ ਤਾਂ ਬੈਠਣਾ ਹੀ ਨਹੀਂ ਦਿੰਦਾ। ਪੂਰਾ ਰੱਬ ਦਾ ਨਾ ਸਾਲ ਹੋ ਗਿਆ ਕਹਿੰਦੀ ਨੂੰ, ਵੀ ਘਰ ਸਤਸੰਗ ਕਰਾਉਣਾ, ਨਾ ਸਤਸੰਗ ਸੁਣਨ ਜਾਣ ਦੇਵੇ, ਨਾ ਘਰ ਬਣਾਵੇ। ਹੋਰ ਸੁਣ, ਦਾਰੂ ਕੱਢਦਾ ਪੀਂਦਾ ਚੋਰਾ। ਦੇਖ ਭੈਣੇ, ਮੈਂ ਤੈਨੂੰ ਇੱਕ ਸਕੀਮ ਦੱਸਦਾ, ਨਾਲੇ ਤਾਂ ਉਹਦੀ ਦਾਰੂ ਛੁੱਟ ਜੂ। ਹੈਂ, ਤੂੰ ਐਂ ਕਰ, ਉਹਨੂੰ ਨਾਮ ਸ਼ਬਦ ਦਵਾ ਦੇ ਆਪਣੇ ਗੁਰੂ ਦਾ। ਕਿੱਥੋਂ ਮੰਨਦਾ ਵੀਰਾ ਨਾਮ ਸ਼ਬਦ ਲੈਣ ਨੂੰ? ਫਿਰ ਐਂ ਕਰ, ਆਪਣੀ ਨੂੰਹ ਨੂੰ ਅਤੇ ਪੁੱਤ ਨੂੰ ਦਵਾ ਦੇ, ਜਦੋਂ ਘਰ ਦੇ ਵਿੱਚ ਨਾਮ ਦੂਸਰੇ ਸਿਮਰਿਆ ਕਰਨਗੇ, ਉਹਦਾ ਵੀ ਜੀ ਕਰੇਗਾ ਵੀ ਮੈਂ ਵੀ ਸਿਮਰਾਂ। ਨੂੰਹ ਤਾਂ ਕਹਿੰਦੀ ਮੈਂ ਗੁਰੂ ਘਰੇ ਜਾਣਾ। ਉਹ ਚੱਲ ਭੈਣੇ, ਗੁਰੂ ਘਰੇ ਵੀ ਜਾਈ ਜਾਵੇ, ਆਪਾਂ ਕਿਹੜਾ ਰੋਕਦੇ ਹਾਂ, ਨਾਲੇ ਆਪਣਾ ਗੁਰੂ ਕਿਹੜਾ ਰੋਕਦਾ ਗਾ ਉਹਨਾਂ ਨੂੰ ਵੀ ਕਿਤੇ ਜਾਓ ਕਿਤੇ ਨਾ ਜਾਓ। ਹੈਂ, ਲੈ ਭੈਣੇ ਹੋਰ ਸੁਣ ਲੈ, ਮੈਨੂੰ ਤਾਂ ਨਾ ਰਾਤ ਸੁਪਨੇ 'ਚ ਆਪਣੇ ਗੁਰੂ ਜੀ ਮਿਲ ਗਏ। ਹੈਂ ਵੀਰਾ, ਤੇਰੇ ਤਾਂ ਨਾ ਵਾਰੇ ਨਿਆਰੇ ਹੋ ਗਏ। ਲੈ ਵਾਰੇ ਨਿਆਰੇ ਦੀ ਸੁਣ ਲੈ, ਮੈਨੂੰ ਕਹਿੰਦੇ ਵੀ ਕਰਨੈਲ ਸਿਆਂ, ਨਾ ਤਾਂ ਤੂੰ ਜਰਦਾ, ਨਾ ਬੀੜੀ, ਨਾ ਦਾਰੂ, ਨਾ ਆਂਡਾ, ਕਦੇ ਨਾ ਕਿੰਨੀ ਦੇਖੀ ਵੀ ਨਾ। ਮੈਂ ਤਾਂ ਉਹਨਾਂ ਦੀ ਗੱਲ ਮੰਨ ਲਈ, ਮੇਰੇ ਤਾਂ ਫਿਰ ਸਿਰ 'ਤੇ ਹੱਥ ਰੱਖ ਕੇ ਬਹਿਣੇ ਉਹ। ਵੀਰਾ ਕਰਮਾਂ ਵਾਲਾ ਆ, ਜਿਹੜੇ ਗੁਰੂ ਨੇ ਦਰਸ਼ਨ ਦਿੱਤੇ ਸਾਡੇ ਤਾਂ ਭਾਗ ਖੋਟੇ। ਲੈ ਭਾਗਾਂ ਦੀ ਸੁਣ ਲੈ ਭੈਣੇ, ਕਿਹੜੀਆਂ ਗੱਲਾਂ ਕਰੀ ਜਾਂਦੀ ਆ। ਮੈਂ ਜਦੋਂ ਸਵੇਰੇ ਉੱਠਿਆ, ਮੈਨੂੰ ਪਤਾ ਲੱਗ ਗਿਆ ਵੀ ਆਪਣਾ ਤਾਂ ਨਿਆਈ ਵਾਲਾ ਬੰਬਾ ਖੜ ਗਿਆ। ਮੈਂ ਤਾਂ ਭੈਣੇ ਉੱਥੇ ਹੁਣ ਪੈਪ ਲੈਣ ਗਿਆ ਹੋਇਆ ਸੀ ਜਦੋਂ ਤੇਰਾ ਫੋਨ ਆਇਆ। ਮਹਾਂ ਚੰਗਾ ਫਿਰ ਮੈਂ ਪਹਿਲਾਂ ਭੈਣ ਕੇ ਨਹੀਂ ਜਾ ਆਵਾਂ, ਬਾਅਦ 'ਚ ਪੈਪ ਪੂਪ ਤਾਂ ਮੈਂ ਖੱਚਰੇੜੇ 'ਤੇ ਭੇਜ ਤੇ ਘਰੇ। ਅੱਛਾ, ਹੋਰ ਪਰ ਇਹਨੂੰ ਸਿੱਧਾ ਕਰਕੇ ਜਾਈ ਵੀਰਾ, ਤੂੰ ਪਰਵਾਹ ਨਾ ਕਰ ਪਈ। ਮੈਂ ਬਹੁਤ ਦੁਖੀ ਆ, ਮੈਂ ਇਸੇ ਕੰਮ ਆਇਆ। ਕੁੱਤੇ ਜਿੰਨੀ ਕਦਰ ਨਹੀਂ ਮੇਰੀ, ਡੰਗਰਾਂ ਵਾਲਾ ਹਾਰ ਕਰ ਛੱਡਿਆ ਮੇਰਾ ਚੋਰੇ ਨੇ ਹੁਣ ਲੰਗੜਾ। ਤੂੰ ਹੁਣ ਘਬਰਾ ਨਾ ਭੈਣੇ, ਬਸ ਮੈਂ ਆ ਗਿਆ। ਪੁੱਛ ਕੇ ਜਾਣੀ ਇੱਕ ਇੱਕ ਗੱਲ। ਲੈ ਆ ਗਏ ਵੀ। ਸਤਿ ਸ੍ਰੀ ਅਕਾਲ ਪੁੱਤ, ਸਤਿ ਸ੍ਰੀ ਅਕਾਲ। ਠੀਕ ਠਾਕ ਹੈ? ਹਾਂ ਵਧੀਆ, ਜਮਾ ਵਧੀਆ, ਜਵਾਕ ਜੱਲੇ।
ਜਮਾ ਲਾਣਾ ਬਾਣਾ ਜਮਾ ਲੋਟ ਨੇ ਜਮਾ ਸੂਤ ਨੇ ਵਧੀਆ ਹੋਰ ਤੁਸੀਂ ਦੱਸੋ ਖੈਰ ਸੁੱਖਾ 2 ਮਿੰਟ ਖੈਰ ਸੁੱਖਾ ਵਧੀਆ ਵਧੀਆ ਤੇਰੀ ਗੱਲਾਂ ਕਰ ਰਹੇ ਸੀਗੇ ਭਾਈ ਮੌਜਾਂ ਮਾਰਨੇ ਥਿਆ ਹੋਰ केले कानू ने एवे झोला देख के तू ओ करी जाना गा उच ता मेरी जुत्ती टुट गई थी मैं किठाउन गया थी ओ गाहां मोची मिले नी फिर मैं झोले च पा के नाले ले आया ले ना कि तेनू लीचियां लिया दे कदे ना पहला भाई मैं लेके आया बथेरी बारी अरसी की करदा हुंदा मामा अरसी ने की करना तेरे वांगू वेला होआ सारा दिन पिया अंदर पिया कुत्ते वांगू आ मोबाइल च नौंदरा जे मारी जांदा चल हो सुना कोठी पाली है कोठी तो फिर पा ली अपा ने अरशी ने लवाता भाई मेरा तो 45 लाख रुपया उते अच्छा कहना पापे मखा हाँ आपा कहना जी लकड़ा बारली लवानी है ला बारली लकड़ लवा भी दसो कि वध दुध देगी है होर ठीक है वधिया भाई ला 20 लाख रुपया तो लकड़ ती लग गया मुंडा करदा कुछ करदा नहीं टट्टू करदा की करना उन्हें मैं कहना ए कर करना है जो 7-8 किले जमीन के ठेके से लैके दे दे ਜਾ ਫਿਰ 2-2.5 ਕਿੱਲੇ ਗਾਹ ਗੱਡੀ ਚਾੜ ਦੇ ਸਾਨੂੰ ਜਹਾਜ਼ ਚਾੜ ਦਿੰਦੇ ਲੈ ਚਾੜ ਦੇ ਉਹਨੂੰ ਜਹਾਜ਼ ਖੇਤੀ ਨਹੀਂ ਕਰਦਾ ਪਾਪੇ ਉਹ ਖੇਤੀ ਕਿੱਥੇ ਕਰ ਲੂ ਅਰਸੀ ਤੇਰੇ ਵਰਗੇ ਹੀ ਹੈ ਮੇਰਾ ਸਾਲਕ ਨੇ ਆ ਵੀ ਹੈ ਮੈਂ ਤਾਂ ਆਪ ਬਥੇਰਾ ਪੈਟਦਾ ਉਹ ਕੰਮ ਕਰ ਲੈ ਹੁਣ ਇਹਨੂੰ ਆਮਾ ਹਿੱਸਾ ਜਿ ਦਿਖਾ ਕੇ ਲੈ ਆਇਆ ਤੂੰ ਹੈ ਅੱਛਾ ਹੋਰ ਆਮਾ ਹਿੱਸਾ ਦਾ ਕੰਮ ਕਰ ਲੈ ਮੈਂ ਵਧੀਆ ਮਾਮਾ ਪਹਿਲੇ ਸੂਏ ਮੈਂ ਜਿੰਨਾ ਟਾਈਮ ਦੁੱਧ ਪੀਤਾ ਦੁੱਧ ਪੀ ਲਿਆ ਉਦੋਂ ਬਾਅਦ ਜੇ 4 ਰੁਪਏ ਦੇ ਤੇ ਵੇਚਤੀ ਭਾਈ ਆਮਾ ਇਹ ਸਾਲਾ ਕੰਮ ਵੀ ਸੋਹਣਾ ਮੈਂ ਕਰਕੇ ਪਹਿਲਾ ਸੌਦਾ ਮਾਹ ਦੇਖ ਲੈਣਾ ਪਾਪਾ ਕਹਿੰਦਾ ਕਰ ਲਾ ਮਾਹ ਨਾ ਨਾ ਵਧੀਆ 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 मन लिया कर गल ना ठीक है मामा हो ठीक है मामा हाँ मैं तो बढ़िया तू दस फिर हुण कम कार की छेड़िया होया होर आही आ मैं सदा होर दा करी हुन्ना मैं तां मैं दस की करना जा खेती दा करी है मेरा करन वाली गल भी कर ला हाँ हाँ सच भाई मैं जेड़े कम आया आ मैं तां भैण दा फोन गया थी तां कल कुट्टी कट्टी होऊगी करना अपने लक्षणी खांदी आ भाई फोड़े फिर सुन ला ठीक है मैं तां तुम्हारे तैनू टेलीफोन मैं लेवण लगी थी तू चंगा करया तू आ पे आ गया तू काना थी तै ता नहीं मिलाया फोन आ मेरी भैन सही थी ता इन्हें मिलाया कानू जे भैन का डंडा लवे दे मैनू फोन ला के दे फेरे आ मैं अनपढ़ बंदा मैनू दा साला फोन लाउणा नहीं आउंदा तैनू कानू आउंदा ना मेरे कोल तेरा नंबर है भी तैनू फोन कर ला मैं मेरा नंबर तो यार तू आ मुंडे तो लै लैंदा मामा तू कानू इन्हां दी गल चाउणा दा दोनों ओहे जी हो जांदे ने लड़के तेरा ना बैर पै जी इन्हां नाल तू रिश्तेदार हुण गल ना टाल ना मुंडिया तू मैनू एक गल दस ओए जे भाई मेरे वर्गे सियाणे बंदे विच नहीं पैणगे गल दा नवेड़ा किवें होऊगा मामा मैं तां आउंदा नहीं इहदी गल च तू आपी लेवणा मैं तां बथेरा बोल बोल हट जां नूं सामने कुटदा परसों कुट्टी कल जदों गईआं मैं देख किन्नी माड़ी गल आ भला मेरी गल सुण तू मैनूं ऐ गल दस वी तू नूं सामने मेरी भैण ते हथ चकदा कल नूं ओह इहदे नाल चंगी करूगी हैं यार करना ऐसा आपदे लक्षणी थप्पड़ खांदी है हैं मूहरे बोलदी है लांगड़ा बोलदी है हैं पहलां तां इह दस्सो भाई तुसीं फिर मैनूं जे मैं लांगड़ा ती मैनूं फिर सहेड़ी क्यों इह ना भाई देख पैणे आ गल तेरी भी माड़ी है फिर मैं ते मेरा की कसूर है आ गल ता तेरी माड़ी है मैं तेनु स्पाइट दसदा भाई मैं हैगा टाइगर दा मरीज मैनु दा डाक्टर ने दस्या मता भाई कुटक लाउणा आपदी घरे कढ के ए जर्दी नहीं हैगी है होवे अटैक तैनु ओ ऐ नहीं बोलया करदे बोली ऐ नहीं बोलया करदे देख ला किवें बोलदी तेरे सिर दा साईयां होर ऐ क्यों बोलदीयां देख भाई मैं ता ऐ कहना आ दारुआं दूरुआं च की पिया नाम लै ला सिमरन करया कर सारी उम्र नहीं देखी तेनू नशा उतरना सानू देख असी सारी उम्रे कदों दा जदों दा नाम लाया गा अपना नाम लिया गा बाबे दा उदों दे ऐ जमा खुमारी च रहने हैगे दिन रात कदे देखे कोई नशा करदा मैनू ओ चल छड्ड यार इना नू इना गल्लां दा की पता कानू मत्था मारी जन्ना वीरा ए तां मूत पीण जोगे ने मूत भैणे तू भी ना बोलिया कर कोई ना किवें बोलदी आ देख लै किवें बोलदी है इहनू सह थोड़ी सही बंदे नू हुंदी आ भाई रिश्तेदार चल तू ऐ कर यार कल मुझे टकरा मारना खीर चल की आपां नाले तां आपां गल्लां बातां करांगे हैं ते नाले फसल बाड़ी दिखा के लियाउणा तैनू खड़ा कीड़ा जिहा बाली पिया खड़ा मैं जीरी नू यार ओ भाई मैं तां जाणागा मेरा तां बंबा खड़ेगा ओए बग जी आखणे जे बग जी ठंडे होए किहड़ा पाया बाली दूर जाणा 10-10 किलोमीटर ते खड़ा ओ 10 किलो ओ बग जेगा बब्बू घाट ते हैं
ਆ ਚੱਲੀ ਇਹ ਨਾਲ ਮੈਨੂੰ ਸਪਰੇਅ ਸਪਰੂ ਦੱਸ ਦੀ ਤੂੰ ਖੇਤੀ ਖੂਤੀ ਵੱਧ ਕਰਦਾ ਕੀਲਿਆਂ ਵੀ ਹਾਂ ਤਾਂ ਤੇਰੀ ਗੱਲ ਖੈਰ ਠੀਕ ਹੈ ਪਰਾਉਣੇ ਆ ਹੈ ਆਪਾਂ ਨੂੰ ਖੈਰ ਭਾਈ ਗਿਆਨ ਤਾਂ ਹੈਗਾ ਗਾ ਸਿਆਣੇ ਬੰਦੇ ਦੀ ਲੋੜ ਪੈ ਜਾਂਦੀ ਆ ਲੈ ਭੈਣੇ ਮੈਂ ਜਾ ਆਵਾਂ ਫਿਰ ਪਰਾਉਣੇ ਦਾ ਕੜਾ ਕੁੜੂ ਬਣਵਾ ਲਈ ਸੂਜੀ ਵਾਲਾ ਹੈ ਕਰਨਾ ਇਸ ਖੁਸ਼ ਹੋ ਕੇ ਖਾਂਦਾ ਰੋਟੀ ਤਾਂ ਭਾਈ ਮੈਨੂੰ ਐ ਲੱਗਦਾ ਭੈਣੇ ਮੈਂ ਘਰੀ ਜਾ ਕੇ ਖਾ ਲੂੰਗਾ ਸਾਨੂੰ ਖਾ ਲਏ ਆ ਘਰੇ ਕੋਈ ਨਾ ਵੀਰਾ ਮੈਂ ਬਣਾਉਂਗੀ ਖਾਵਾਂਗੇ ਨਾਲੇ ਆਪਾਂ ਦੁੱਖ ਸੁੱਖ ਕਰਾਂਗੇ ਹੈ ਕਾਲਾ ਭਨੋਈਆ ਕਿੰਨੇ ਟਾਈਮ ਬਾਅਦ ਤੂੰ ਆਇਆ ਚੱਲ ਭੈਣੇ ਫਿਰ ਮੈਂ ਨਾ ਫੋਨ ਕਰ ਦੂੰਗਾ ਵੀ ਮੈਂ ਅੱਜ ਆਉਂਦਾ ਨਹੀਂ ਹੋਰ ਮੈਂ ਰੋਟੀ ਬਣਾ ਲੈਣੀ ਆ ਖਾ ਕੇ ਜਾਣਾ ਚੱਲ ਠੀਕ ਹੈ ਬਣਾ ਲਓ ਫਿਰ ਚੱਲ ਪਰਾਉਣਿਆ ਲੈ ਕਰ ਆ ਚੱਲ ਆ ਫਿਰ ਬੰਬੂ ਘਾਟ ਯਾਰ ਭਾਈ ਮੈਨੂੰ ਤਾਂ ਨਹੀਂ ਆਉਂਦਾ ਹਾਏ ਹਾਏ ਆ ਜਾ ਕਰਾ ਪਰਾਉਣੇ ਆ ਹਾਂ ਬਈ ਜੀਰੀ ਤਾਂ ਬੜੀ ਸੋਹਣੀ ਖੜੀ ਆ ਤੇਰੀ ਜੀਰੀ ਤਾਂ ਵਧੀਆ ਕਰਨੈਲ ਸਿਆ ਭੈਣ ਦਾ ਖਸਮ ਨਾ ਕੀੜਾ ਜਿਹਾ ਬਹੁਤ ਪਿਆ ਖੜਿਆ ਯਾਰ ਬਹੁਤ ਵਾਰ ਪੁੱਛ ਲਿਆ ਲੋਕਾਂ ਤੋਂ ਕਾਹਨੂੰ ਹਟਿਆ ਯਾਰ ਤੂੰ ਐਂ ਕਰ ਫਿਰ ਤੇ ਉਹ ਦਵਾਈ ਮਾਰ ਕਿਹੜੀ ਦਵਾਈ ਉਹ ਨਾ ਤਾਂ ਮੈਨੂੰ ਪਤਾ ਨਹੀਂ ਕਿ ਸੇਵੀਆਂ ਜਿਹੀਆਂ ਹੁੰਦੀਆਂ ਨੇ ਉਹ ਮਾਰ ਦੇਖੀਏ ਤਾਂ ਫੁੱਲ ਵਰਗੀ ਹੋ ਜੂਗੀ ਚੱਲ ਭੇਜਦਾ ਤੜਕੇ ਮੁੰਡੇ ਨੂੰ ਦੇਖ ਦੇਖ ਮੇਰਾ ਸਾਲਕਣਾ ਹੋਰ ਕੋਈ ਕੰਮ ਨਹੀਂ ਕਰਦਾ ਕੰਜਰ ਦਾ ਇਹਨਾਂ ਦੀ ਕਲੀ ਮਰੀ ਜਾਂਦਾ ਓਏ ਸਗੋਂ ਸਿਉਂਖ ਨਹੀਂ ਲੱਗਦੀ ਸਿਆਣਾ ਮੁੰਡਾ ਥੋੜ੍ਹਾ ਜਿਹਾ ਤੇਰਾ ਸਿਉਂਖ ਨਹੀਂ ਲੱਗਦੀ ਨਾਲੇ ਹੋਰ ਲੈ ਪਰਾਉਣੇ ਮੈਂ ਤਾਂ ਤੈਨੂੰ ਇੱਕ ਸਲਾਹ ਦਿੰਦਾ ਹਾਂ ਵੀ ਦੇਖ ਤੂੰ ਮੁੰਡਾ ਵੀ ਵਿਆਹ ਲਿਆ ਕੁੜੀ ਵੀ ਭਾਈ ਸੁੱਖ ਨਾਲ ਘਰੋਂ ਤੋਰਤੀ ਹਾਏ ਹਾਏ ਹਾਂ ਹੈ ਨਾ ਦੇਖ ਹੁਣ ਜਿੰਨਾ ਖਾ ਪੀ ਲਿਆ ਬਹੁਤ ਖਾ ਪੀ ਲਿਆ ਹਾਂ ਹੁਣ ਤੂੰ ਨਾਮ ਸਿਮਰਨ ਲੈ ਲਾ ਸਾਡਾ ਹੈ ਸਾਡੇ ਕਿੰਨੀ ਦੇਖ ਲਾ ਭਾਈ ਅਸੀਂ ਨਾ 3 ਵਜੇ ਉੱਠਦੇ ਹਾਂ ਸਾਰਾ ਟੱਬਰ ਅੱਛਾ ਨਹਾ ਧੋ ਕੇ 4 ਵਜੇ ਅਸੀਂ ਸਿਮਰਨ ਕਰਨ ਬੈਠ ਜਾਂਦੇ ਹਾਂ ਫਿਰ ਭਾਈ 2 ਘੰਟੇ ਲਾਈਦੇ ਹਾਂ ਸਿਮਰਨ 'ਤੇ ਸਾਡੇ ਤਾਂ ਗੁਰੂ ਜੀ ਸਾਖਸ਼ਾਤ ਸਾਡੇ ਸਾਹਮਣੇ ਖੜ ਜਾਂਦੇ ਨੇ ਲੈ ਮੈਂ ਤੈਨੂੰ ਇੱਕ ਗੱਲ ਦੱਸਦਾ ਉਹ ਮੈਂ ਨਾ ਸਾਈਕਲ 'ਤੇ ਜਾਵਾਂ ਅੱਗੋਂ ਟੈਂਪੂ ਆਵੇ ਉਹ ਭਾਈ ਟੈਂਪੂ ਨੂੰ ਤਾਂ ਪਤਾ ਨਹੀਂ ਕੀ ਹੋਇਆ ਉਹ ਤਾਂ ਸਾਲਾ ਸਿੱਧਾ ਹੀ ਮੇਰੇ ਕਿੰਨੀ ਨੂੰ ਹੋ ਲਿਆ ਜਦੋਂ ਮੈਂ ਦੇਖਿਆ ਤਾਂ ਮੈਨੂੰ ਐਂ ਲੱਗਿਆ ਵੀ ਮੇਰਾ ਗੁਰੂ ਆ ਗਿਆ ਜਮੈਨ ਸਾਹਮਣੇ ਐਂ ਹੱਥ ਲਾ ਕੇ ਟੈਂਪੂ ਐਂ ਰੋਕਦਾ ਹੈ ਅਤੇ ਭਾਈ ਮੈਂ ਜਾ ਕੇ ਟੈਂਪੂ ਵਾਲੇ ਨੂੰ ਕਿਹਾ ਮਹਾਂ ਬਾਈ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੇਰੀ ਜਾਨ ਬਚਾਤੀ ਟੈਂਪੂ ਰੋਕਤਾ ਉਹ ਕਹਿੰਦਾ ਜੀ ਟੈਂਪੂ ਤਾਂ ਆਪ ਹੀ ਰੁਕ ਗਿਆ ਮੈਂ ਤਾਂ ਬ੍ਰੇਕ ਹੀ ਨਹੀਂ ਲਾਏ ਬ੍ਰੇਕ ਤਾਂ ਇਹਦੇ ਸਗੋਂ ਫੇਲ ਹੋ ਗਏ ਸੀ ਅੱਛਾ ਹੁਣ ਪਹਿਲਾਂ ਤੂੰ ਐਂ ਦੱਸ ਪਰਾਉਣਿਆਂ ਵੀ ਕੀ ਚਾਂਸ ਹੋਇਆ ਇਹ ਇਹ ਤਾਂ ਭਾਈ ਤੁਸੀਂ ਉਹ ਜਾਣਦੇ ਹੋ ਜਾਂ ਤੁਹਾਡਾ ਹੋਰ ਗੁਰੂ ਜਾਣਦਾ ਕਿਵੇਂ ਖੰਘ ਖੜੀ ਬਲਗਮ ਜੀ ਜਮੀ ਪਈ ਹੈਗੀ ਛਾਤੀ 'ਤੇ ਮੈਂ ਤਾਂ ਉਹ ਪਟਿਆਲੇ ਤੱਕ ਸਾਰੇ ਡਾਕਟਰ ਛਾਣ ਮਾਰੇ ਪਰਾਉਣੇ ਆ ਦੇਸੀ ਦਵਾਈਆਂ ਮੈਂ ਖਾ ਲਈਆਂ ਅੰਗਰੇਜ਼ੀ ਮੈਂ ਖਾ ਲਈਆਂ ਡਾਕਟਰ ਕਹਿੰਦੇ ਕੋਈ ਸਮਝ ਹੀ ਨਹੀਂ ਆਉਂਦੀ ਵੀ ਕੀ ਆ ਦੁਰ ਫਿਟੇ ਨੂੰ ਤੂੰ ਕੰਜਰ ਦਾ ਮੈਨੂੰ ਦੱਸ ਹੈ ਕਿਉਂ ਮੈਂ ਤਾਂ ਭੈਣ ਦਾ ਦੂਰੋਂ ਦੂਰੋਂ ਦਵਾਈ ਲੈਣ ਆਉਂਦੇ ਨੇ ਦੇਸੀ ਇਹ ਅੱਛਾ ਲੈ ਖੰਘ ਦੇ ਤਾਂ ਮੈਂ ਠਾ ਦੂੰ ਬਰੋਲੇ ਐ ਜਉ ਚੁਟਕੀਆਂ ਵਾਲੇ ਲੈ ਮੇਰੇ ਕੋਲ ਤਾਂ ਭੈਣ ਦਾ ਬੂਟੀ ਤਿਆਰ ਕਰੀ ਹੈ ਬੂਟੀ ਅੱਛਾ ਮਹਾਂ ਪੁੱਛਣਾ ਤੂੰ ਕਿੱਕਰ ਦਾ ਸਰੱਕ ਔਲੇ ਬਹੇੜੇ ਚਿੱਟੀ ਮੂਸਲੀ ਹੈ ਦਾਖਾ ਮੈਂ ਕਿਹਾ ਤੂੰ ਭੈਣ ਦਾ ਪੁੱਛਣਾ ਕੀ ਹੈ ਮੈਂ 2 ਮਿੰਟ ਖੜ ਤੇਰੀ ਖੰਘ ਜੀ ਤਾਂ ਮੈਂ ਡਾਰੀਆਂ ਮਰਾ ਦੂੰ ਮਿੰਟ ਬੈਠ ਫਿਰ ਹੋਰ ਪਰਾਉਣੇ ਮੈਂ ਤਾਂ ਬਾਬਾ ਮੈਂ ਤੇਰਾ ਇਲਾਜ ਬਸ ਕਿਤੇ ਕਿਤੇ ਛਿੜਦੀ ਆ ਇਹ ਤੇਰਾ ਹੁਣ ਇਲਾਜ ਹੋ ਜੂ ਤੂੰ ਮੈਂ ਟੈਨਸ਼ਨ ਨਾ ਲੈ ਇਹ ਕੀ ਆ ਆਹ ਤਾਂ ਮੈਂ ਲੱਗਦਾ ਦਾਰੂ ਆ ਯਾਰ ਇਹ ਤਾਂ ਭਾਈ ਦਾਰੂ ਮੈਂ ਪੀਊਂਗਾ ਤੈਨੂੰ ਤਾਂ ਮੈਂ ਖੰਘ ਦੀ ਦਵਾਈ ਦੇਊਂਗਾ ਹੈਂ ਇਹ ਤਾਂ ਮੇਰੇ ਤੋਂ ਦਵਾਈ ਮਹਾਂ ਦੂਰੋਂ ਦੂਰੋਂ ਲੈਣ ਆਉਂਦੇ ਨੇ ਪਾਤੜਾ ਤੱਕ ਦੇ ਲੋਕ ਆਉਂਦੇ ਨੇ ਮੇਰੇ ਕੋਲੇ ਅੱਛਾ ਹੋਰ ਆ ਲੈ ਇਹ ਤਾਂ ਜੋਗੀ ਤੋਂ ਮੈਂ ਮਸਾਂ ਹੱਥ ਹੁੱਥ ਬੰਨ ਕੇ ਨੁਕਤਾ ਲਿੱਤਾ ਇਹ ਤਾਂ ਸਾਡੇ ਜੋਗੀ ਤਿਆਰ ਕਰਦਾ ਤੀ ਰੇਕਾ ਹੈਂ ਕਿੱਕਰ ਦਾ ਸਰਾਕੇ 'ਚ ਅੰਗੂਰ ਇਹ 'ਚ ਲੈਚੀਆਂ ਵੱਡੀ ਮੂਸਲੀ ਛੋਟੀ ਮੂਸਲੀ ਹੈਂ ਔਲੇ ਬਹੇੜੇ ਮੈਂ ਕਹਿੰਦਾ ਇਹਦਾ ਜਿੰਨੀਆਂ ਦਵਾਈਆਂ ਨੇ ਸਾਰੀਆਂ ਇਹਦੇ ਵਿੱਚ ਨੇ ਠੀਕ ਬਾਤ ਹਾਂ ਇਹ ਤਾਂ ਪੈਸਾ ਤੂੰ ਦੇਖਦਾ ਯਾਰ ਲੈ ਲੈ ਪਾ ਫਿਰ ਖੰਘ ਖੁੰਘ ਜੀ ਕਿਧਰੀ ਕਿਧਰੀ ਭਾਜੂ ਇਹਨੂੰ ਕਹਿੰਦੇ ਕੀ ਨੇ
ਇਹ ਹੈਗਾ ਕਰਨੈਲ ਸਿੰਘ ਪਾਕਿਸਤਾਨੀ ਬੱਤਾ ਆਪਣੇ ਨਹੀਂ ਬਣਦਾ ਇੱਧਰ ਇਹ ਨਾ ਇਹ ਤਾਂ ਮੈਨੂੰ ਮਸਾਂ ਨੁਕਤਾ ਦਿੱਤਾ ਜੋਗੀ ਨੇ ਅੱਛਾ ਹੋਰ ਜੋਗੀ ਨੂੰ ਕਹਾਂ ਉਹਦੇ ਗੁਰੂ ਨੇ ਨੁਕਤਾ ਦਿੱਤਾ ਸੀ ਚਲ ਸੌਂ ਖਵਾ ਕੇ ਗਿਆ ਮੈਨੂੰ ਕਹਿੰਦਾ ਫੇਰ ਨੁਕਤਾ ਦੇਊਂਗਾ ਮੈਂ ਪਹਿਲਾਂ ਕਿਸੇ ਨੂੰ ਦੱਸੇਗਾ ਨਹੀਂ ਹਾਂ ਇਹੋ ਜਿਹਾ ਕੁਛ ਨਾ ਪਹਾੜਾਂ 'ਚੋਂ ਮਿਲਦੀ ਆ ਬੂਟੀ ਤੂੰ ਮੈਂ ਕਿਹਾ ਲੈ ਖੁਸ਼ਬੂ ਲੈ ਕੇ ਦੇਖ ਹੈਂ ਚੱਲ ਖੁਸ਼ਬੂ ਤਾਂ ਨਹੀਂ ਪਈ ਇਹ 'ਚੋਂ ਕੋਈ ਆਉਂਦੀ ਵਿੱਚੋਂ ਇਹ ਤਾਂ ਲਾਚੀਆਂ ਲੂਚੀਆਂ ਦੀ ਆਉਂਦੀ ਖਬਰ ਲਾਚੀਆਂ ਤਾਂ ਆਪਾਂ ਆਵੇਂ ਚੱਬ ਲੈਂਦੇ ਹਾਂ ਹੈਂ ਔਲੇ ਆਪਾਂ ਆਮ ਖਾ ਲੈਂਦੇ ਹਾਂ ਹੈਂ ਮੈਂ ਪੀ ਲੂੰਗਾ ਭਾਈ ਘੁੱਟ ਕੇ ਦਾਰੂ ਦੇਖ ਮੈਨੂੰ ਤਾਂ ਨਹੀਂ ਸਰਦਾ ਇਹਦੇ ਬਿਨਾਂ ਹੈਂ ਚੱਲ ਆ ਭਾਈ ਪਾਕਿਸਤਾਨੀ ਬੱਤਾ ਮੈਂ ਪੀ ਲੈ ਹਾਂ ਪਾਕਿਸਤਾਨੀ ਬੱਤਾ ਤੂੰ ਪੀ ਲੈ ਠੀਕ ਪਾਣੀ ਪੂਣੀ ਜਾ ਭਾਈ ਅਸੀਂ ਫਿਰ ਫਿਲਟਰ ਜਿਹੜੀ ਚੱਕ ਲਿਆਉਣੇ ਨੇ ਆ ਇਹ 'ਚ ਤਾਂ ਨਹੀਂ ਪੈਂਦਾ ਹੁੰਦਾ ਨਾ ਇਹ 'ਚ ਨਹੀਂ ਪੈਂਦਾ ਹੈਗਾ ਅੱਛਾ ਹਾਂ ਠੀਕ ਹੈ ਫਿਰ ਜੇ ਤੂੰ ਆਪਦੇ ਕੋਈ ਗੁਰੂ ਗੁਰੂ ਦੇ ਨਾਂ ਦਾ ਛਿੱਟਾ ਕੱਢਣਾ ਕੱਢ ਦੇ ਮੈਂ ਤਾਂ ਕੱਢਦਾ ਨਹੀਂ ਹੁੰਦਾ ਕਦੇ ਕਦੇ ਲੈ ਦਵਾਈ ਤਾਂ ਫਿਰ ਗੁਰੂ ਦਾ ਨਾਂ ਲੈ ਕੇ ਲੈਂਦੇ ਹੁੰਦੇ ਮੈਂ ਕਿਹਾ ਤੂੰ ਦਵਾਈ ਖੰਘ ਖੁੰਘ ਦੀ ਗੱਲ ਛੱਡ ਜ਼ੁਕਾਮ ਨਜ਼ਲਾ ਟੈਨਸ਼ਨ ਬਲੱਡ ਪ੍ਰੈਸ਼ਰ ਸ਼ੂਗਰ ਅੱਛਾ ਇਹ ਤਾਂ ਛੱਡਦੀ ਕੁਛ ਨਹੀਂ ਚੱਲ ਦੇਖ ਲੈਂਦੇ ਹਾਂ ਭਾਈ ਦਵਾਈ ਹਾਂ ਜਦੋਂ ਤੈਨੇ ਚਾਰ ਕਡਾਟੇ ਦਵਾਈ ਦੇ ਪੀ ਲਏ ਬਸ ਐਂ ਲੈ ਲਾ ਵੀ ਤੂੰ ਜਹਾਜ਼ਾਂ ਦੀ ਉਸਾਇਲ ਕਰੇਗਾ ਕਿਵੇਂ ਲੱਗੀ ਇਹ ਤਾਂ ਹੋਰ ਹੀ ਕੁਛ ਜਿਹਾ ਕਰੀ ਜਾਂਦੀ ਆ ਇਹ ਜੜੀ ਬੂਟੀਆਂ ਨੇ ਫਿਰ ਹੈਂ ਗਰਮਾਇਸ਼ ਤਾਂ ਨਹੀਂ ਕਰਦੀ ਭਲਾ ਲੈ ਗਰਮਾਇਸ਼ ਕਿਵੇਂ ਕੋਈ ਜੜੀ ਬੂਟੀਆਂ ਜਦੋਂ ਅੰਦਰ ਤੇਰੇ ਆਹ ਸੰਗ ਬੀਜਦੀ ਨੰਗੀ ਪਹਿਲਾਂ ਸਾਰਾ ਤੇਰਾ ਸੰਗ ਸਾਫ਼ ਕਰਿਆ ਨੇ ਹੈ ਨਾ ਤਾਂ ਤੈਨੂੰ ਦੇਖ ਤੜਕ ਨੂੰ ਕਬਜ਼ੀ ਰਹਿਣੀ ਹੈ ਨਾ ਤੇਰੇ ਢਿੱਡ 'ਚ ਗੈਸ ਬਣਨਾ ਨਾ ਤੈਨੂੰ ਤੇਜ਼ਾਬ ਬਣਨਾ ਹੈ ਮੈਂ ਤੂੰ ਐਂ ਤਾਂ ਭਾਲਦਾ ਫਿਰੇਗਾ ਵੀ ਕਿੱਥੇ ਇਹ ਇੰਨੇ ਇਲਾਜ ਹੋਰ ਇਹ ਤਾਂ ਬੂਟੀ ਇੱਕ ਇਲਾਜ ਇੰਨੇ ਲੈ ਤੂੰ ਆਹ ਦੇਖ ਇਹ ਜਿਹੜੀਆਂ ਪਹਾੜੀ ਬੂਟੀਆਂ ਹੁੰਦੀਆਂ ਨੇ ਹੁੰਦੀਆਂ ਤਾਂ ਭਾਈ ਗੁਣਕਾਰੀ ਨੇ ਆਹ ਸਾਡਾ ਗੁਰੂ ਨਾ ਹੁਣ ਪਹਾੜਾਂ 'ਚ ਗਿਆ ਹੋਇਆ ਅੱਛਾ ਇੰਨੀ ਇੰਨੀ ਬਰਫ਼ ਪੈਂਦੀ ਆ ਤੂੰ ਐਂ ਸਮਝ ਲਾ ਵੀ ਹੁਣ ਉਹ ਪਹਾੜੀ ਲੋਕਾਂ ਨੂੰ ਤਾਰਦਾ ਫਿਰਦਾ ਉੱਥੇ ਘੁੰਮਣ ਫਿਰਨ ਗਿਆ ਪਹਾੜਾਂ 'ਚ ਭਲਾ ਪਹਾੜੀ ਸੰਗਤ ਨੂੰ ਤਾਰਨ ਗਿਆ ਅੱਛਾ ਹਾਂ ਕਹਿੰਦਾ ਉੱਥੇ ਵੀ ਲੋੜ ਹੈ ਅੱਛਾ ਸੁਧਾਰ ਦੀ ਅੱਛਾ ਪਹਿਲਾਂ ਉਹਨੇ ਹਰਿਆਣਾ ਹੋਣਾ ਬਾਹਲਾ ਤਾਰਤਾ ਹਨਾ ਓਏ ਉੱਥੇ ਲੋਕ ਮੇਰੇ ਸਾਲੇ ਬਰਫ਼ਾਂ ਤੋਂ ਤਿਲਕ ਤਿਲਕ ਕੇ ਡਿੱਗੀ ਜਾਂਦੇ ਨੇ ਲੈ ਹੋਰ ਕਰਨੀ ਵਾਲੇ ਨੇ ਭਾਈ ਲੈ ਹੋਰ ਹੋਰ ਕਰਨੀ ਵਾਲੇ ਆ ਭਾਈ ਤੂੰ ਕਰਨੈਲ ਸਿੰਘ ਨਾ ਇੱਕ ਭਾਈ ਨੂੰ ਸਮਝਾ ਕੇ ਜਾ ਤੇਰੀ ਭੈਣ ਨੂੰ ਲੈ ਹੋਰ ਥੋੜ੍ਹਾ ਜਿਹਾ ਲਾ ਹੈਂ ਪਾ ਦੇ ਆਹ ਬੂਟੀ ਆ ਬੂਟੀ ਪਾ ਦੇ ਪਾ ਦੇ ਚੱਲ ਤੂੰ ਭਾਈ ਨੂੰ ਸਮਝਾ ਕੇ ਜਾ ਤੇਰੀ ਭੈਣ ਨੂੰ ਇਹ ਕਰਦੀ ਆ ਸ਼ੱਕ ਮੇਰੇ 'ਤੇ ਹੈ ਮੇਰੇ 'ਤੇ ਆ ਬੱਬੂ ਦੀ ਬੂਹ 'ਚ ਸ਼ੱਕ ਕਰਦੀ ਹੈ ਹੈ ਲੈ ਉਹ ਕਹਿੰਦੀ ਤੁਸੀਂ ਦੇਖ ਐਂ ਕਹਿੰਦੀ ਹੈ ਕਹਿੰਦੀ ਤੁਸੀਂ ਦੋਨੇ ਨੂੰ ਸਾਰਾ ਇੱਕ ਥਾਲੀ 'ਚ ਰੋਟੀ ਖਾਂਦੇ ਹੋ ਹੈ ਉਹ ਭਾਈ ਉਹਦੇ ਬਾਪ ਨਹੀਂ ਹੈਗਾ ਵਿਚਾਰੀ ਦੇ ਉਹ ਮੈਨੂੰ ਕਹਿੰਦੇ ਵੀ ਭਾਪੇ ਮੈਂ ਤੈਨੂੰ ਰੋਟੀ ਖਾ ਲਾ ਬਹਿ ਕੇ ਧੀਆਂ ਧੀਆਂ ਵਰਗੀਆਂ ਮੈਂ ਕਿਹਾ ਭਾਈ ਖਾ ਲੈ ਆਹ ਗੱਲ ਤਾਂ ਦੇਖ ਭਾਈ ਮਾੜੀ ਆ ਫਿਰ ਆ ਕੇ ਕਹਿੰਦੀ ਹੈ ਕਹਿੰਦੀ ਤੁਸੀਂ ਨੂੰ ਸਾਰੇ ਤੁਹਾਡੀ ਗਿੱਟ ਮਿੱਟ ਹੈ ਦੇਖ ਮੇਰੀ ਧੀਆਂ ਵਰਗੀਆਂ ਮੈਂ ਗਿੱਟ ਮਿੱਟ ਕਰ ਲੂੰ ਉਹਦੇ ਨਾਲ ਆਹ ਤਾਂ ਇਲਜ਼ਾਮ ਆ ਕੋਈ ਨਾ ਮੈਂ ਕਹਿ ਕੇ ਜਾਊਂਗਾ ਹੋਰ ਕਹੀਂ ਨਾ ਨਾ ਮੈਂ ਸਮਝਾਊਂਗਾ ਹਾਂ ਮੈਂ ਉਹਨੂੰ ਸਮਝਾਊਂਗਾ ਹਾਂ ਵੀ ਐਂ ਨਹੀਂ ਤੂੰ ਗਲਤ ਆ ਲੈ ਲਾ ਕੇ ਦਵਾਈ ਪੀ ਦੋ ਤਿੰਨ ਇੱਕ ਵਾਰ ਹੋਰ ਪੀ ਲਈ ਮੈਂ ਕਿਹਾ ਜਮਾ ਸੈੱਟ ਕਰ ਦੂੰ ਬਾਈ ਪ੍ਰਾਹੁਣੇ ਆ ਜਦੋਂ ਪਹਿਲਾਂ ਪੀਤੀ ਇਹ ਦਵਾਈ ਉਦੋਂ ਕੌੜੀ ਜੀ ਸੀ ਹੈਂ ਹੁਣ ਨਹੀਂ ਲੱਗੀ ਮੈਂ ਕਿਹਾ ਅਗਲੀ ਪੀ ਮੈਂ ਕਿਹਾ ਐਂ ਲੱਗੂ ਜਿਵੇਂ ਤਾਂ ਸਿਓ ਖਾਧੇ ਹੁੰਦੇ ਨੇ ਅੱਛਾ ਹੋਰ ਲੈ ਪਾ ਫਿਰ ਭੈਣ ਤੂੰ ਸਿਓਾਂ ਵਰਗੀ ਲੱਗੂ ਜ਼ਿਆਦੇ ਨਾ ਹੋ ਜੇ ਕਿਤੇ ਕੰਮ ਕਿਉਂ ਹੈਂ ਬਲਗਮ ਚੱਕੀ ਜਾਊ ਜ਼ਿਆਦੇ ਮੈਂ ਕਹਿੰਦਾ ਕਿਤੇ ਅੰਦਰੋਂ ਸਾਲੀ ਨਾ ਖੂਨ ਖਾਣ ਜਾਂ ਵੱਢ ਲੈ ਕਿਤੇ ਬਲਗਮ ਵੱਢਦੀ ਵੱਢਦੀ ਚੱਲ ਥੋੜ੍ਹੀ ਜਿਹੀ ਲਾ ਲੈ ਫਿਰ ਜੇ ਲਾਉਣੀ ਹੈ ਮੈਂ ਤੈਨੂੰ ਊਂ ਦੇਂਦਾ ਨਾ ਨਾ ਊਂ ਵੀ ਦੇ ਦੀ ਕੋਈ ਨਾ ਮੈਂ ਤੈਨੂੰ ਊਂ ਦੇ ਦੂੰਗਾ ਅੱਧੀ ਚੱਲ ਬਸ ਫਿਰ ਬਸ 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 ਮੈਂ ਤਾਂ ਨਹੀਂ ਲਾਉਂਦਾ ਭਾਈ ਪਕੌੜੀਆਂ ਜੇ ਰੱਖੇ ਨੇ ਭੈਣ ਦਾ ਜਵਾਬ ਖਾ ਗਿਆ ਚੱਲ ਕੋਈ ਨਹੀਂ ਲੈ ਕਰ ਆਪਾਂ ਪਾਕਿਸਤਾਨੀ ਬੱਤਾ ਤੇਰਾ ਚੱਕ ਲੈਂਦੇ ਨਾਲ ਅੱਛਾ ਨਾਲ ਤਾਂ ਆਪਾਂ ਥੱਲੜੇ ਬਾਹਰ 'ਚ ਮਾਰ ਲੈਣਾ ਗੇੜਾ ਹੈਂ ਅਤੇ ਨਾਲੇ ਚੱਲਦੇ ਆਪਾਂ ਘਰੇ ਰੋਟੀ ਟੁੱਕ ਦਾ ਟਾਈਮ ਹੋ ਗਿਆ ਰੋਟੀ ਟੁੱਕ ਵੀ ਖਾ ਲਈਏ ਚੱਲ ਭਾਈ ਹੈਂ ਠੀਕ ਔਰ ਐਵੀਂ ਤੇਰੀ ਭੈਣ ਫਿਰ ਤੈਨੂੰ ਪਤਾ ਬਤਵਾ ਬੋਲਦੀ ਹੈ ਨਾ ਅੱਜ ਨਹੀਂ ਬੋਲਦੀ ਬਾਈ ਹੈਂ ਅੱਜ ਤਾਂ ਉਹਦਾ ਭਾਈ ਹੈ ਲੈ ਭਾਈ ਮੈਂ ਆਪਦੀ ਦਾਰੂ ਦੂਰੂ ਜੀ ਰੱਖਦਾ ਆਪਣਾ
ਘੁੱਟ ਘੁੱਟ ਕੇ ਮੈਂ ਲਾ ਲੈਂਦਾ, ਦੇਖ ਮੈਨੂੰ ਸ਼ੂਗਰ ਸਾਗਾ ਜਿਹਾ ਹੋਇਆ ਰਹਿੰਦਾ। ਚੱਲ ਪ੍ਰਾਹੁਣਿਆਂ ਲਾ ਲਿਆ ਕਰ ਤੂੰ ਤਾਂ ਥੋੜ੍ਹੀ ਮੋਟੀ, ਹੋਰ ਪਰ ਭਾਈ ਜਾ ਦੇ ਵੀ ਨਾ। ਇਹ ਆਏ ਚੱਲ ਵੀ ਕਰਨਾ ਮਾਰ ਕੇ ਰੱਖ ਇੱਕ ਬੰਬੂ ਕਰ। ਚੱਲ ਕਿਵੇਂ ਕਰਨਾ ਐਵੇਂ ਕੰਨ ਜੇ ਨੰਗੀ ਕਰੀ ਬੈਠਿਆ ਹੋਈ? ਉਹ ਪੁਰਾਣੇ ਕੰਨਾਂ 'ਚ ਸਾਇਆ ਸਾਇਆ ਜੀ ਹੋ ਰਹੀ ਹੈ ਜੀ, ਸਾਇਆ ਸਾਇਆ ਜੀ। ਮਤਲਬ ਤੇਰੇ ਤਾਂ ਗਰਮਾਇਸ ਬਹੁਤ ਭਰੀ ਹੋਈ ਤੀ, ਤੂੰ ਐਂ ਕਰ ਥੋੜ੍ਹਾ ਜਿਹਾ ਪਾਕਿਸਤਾਨੀ ਬੱਤਾ ਹੋਰ ਪੀ, ਜਮਾਂ ਸੈੱਟ ਕਰ ਦੂ, ਲਿਫਟ ਲਾ ਦੇ ਫਿਰ। ਹਾਂ ਮਾਰ ਗਲਾ ਗਲਾ ਕਰਨਾ ਯਾਰ ਸਿਆ। ਆ ਤਾਂ ਤੂੰ ਮੇਰੇ ਕੋਲ ਟਾਈਮ ਨਾਲ ਹੀ ਗਿਆ ਵੈਸੇ, ਹੈ ਤੇਰਾ ਸਾਰੀ ਰੋਗ ਟੁੱਟ ਗਈ ਹੁਣ, ਠੀਕ ਹੈ ਕਰਨਾ ਯਾਰ ਓਏ। ਚੱਕ ਭਾਈ ਲੱਗ ਗਿਆ ਫਾਟਕ, ਤੇ ਵੱਡਾ ਬਗਲਾ ਭਗਤ ਟੱਲੀ ਕਰਿਆ। ਆ ਮੇਰੇ ਸਾਲਕਣੇ ਉੱਤੋਂ ਉੱਤੋਂ ਹੀ ਕਹਿੰਦੇ ਹੁੰਦੇ ਨੇ ਕਿ ਅਸੀਂ ਪੈਗ ਨਹੀਂ ਲਾਉਣਾ, ਪੈਗ ਨਹੀਂ ਲਾਉਣਾ। ਇਹਦੇ ਸਾਲ ਦੇ ਲੁੱਕ ਲੁੱਕ ਸਾਰੀ ਪੀਂਦੇ ਨੇ। ਹਾਂ ਭਾਈ, ਪਾਪਾ ਜੀ ਤੁਹਾਡੇ ਵਾਸਤੇ ਤੇ ਮਾਮਾ ਜੀ ਵਾਸਤੇ ਰੋਟੀ ਪਾ ਦਾਂ? ਤੇਰਾ ਮਾਮਾ ਤਾਂ ਭਾਈ ਨਾਮ ਸਿਮਰਨ ਕਰਨ ਲੱਗ ਗਿਆ ਹੁਣ, ਤੂੰ ਮੇਰੇ ਵਾਸਤੇ ਪਾ ਦੇ ਥੋੜ੍ਹੀ ਜੀ। ਹੈਂ ਤੇਰੀ ਮਾਂ ਕਿੱਥੇ ਹੈ? ਮੰਮੀ ਤਾਂ ਲਾਉਂਦੇ ਨੇ। ਚੱਲ ਭਾਈ ਵਧੀਆ ਗੱਲ ਹੈ। ਜਪ ਨਾਮ ਜਪ ਨਾਮ ਜਪ ਨਾਮ। ਲੈ ਮੇਰਾ ਭਾਈ ਤਾਂ ਸ਼ਬਦ ਨਾਮ ਤੇ ਬੈਠਾ। ਹੂ ਮੈਂ ਮਰ ਜਾ ਕਰਨੈਲ ਵੀਰੇ, ਕਰਨੈਲ ਵੀਰੇ, ਕਰਨੈਲ ਵੀਰੇ, ਹੂ ਮੈਂ ਮਰ ਜਾ ਵੇ, ਤੈਨੂੰ ਕੀ ਹੋ ਗਿਆ? ਸਾਰੀ ਰਾਤ ਦਾ ਨਾਮ ਸ਼ਬਦ ਤੇ ਬੈਠਾ। ਉਹ ਭੈਣੇ ਭੈਣ ਮਰਾਵੇ ਤੁਹਾਡਾ ਰੌਲਾ, ਮੇਰੇ ਤਾਂ ਨਾ ਰਾਤ ਫੇਰ ਬਾਬੇ ਸੁਪਨੇ ਚ ਆਏ। ਅੱਛਾ ਕੀ ਕਹਿੰਦੇ ਵੀਰਾ? ਲੈ ਕਹਿਣਾ ਕੀ ਆ ਮੈਨੂੰ, ਕਹਿੰਦੇ ਪੋਚਤੀ ਫੱਟੀ ਸਾਰੇ ਨਾਮ ਸ਼ਬਦ ਦੀ। ਕਿਉਂ? ਉਹ ਭੈਣੇ ਤੇਰੇ ਵਾਲੇ ਖਸਮ ਨੇ ਨਾ ਕੱਲ ਮੈਨੂੰ ਫੇਰ ਪਾਕਿਸਤਾਨੀ ਬੱਤਾ ਪਲਾਤਾ। ਹੂ ਮੈਂ ਮਰ ਜਾ ਦਿਖਾਤੀ ਕਰਤੂਤ ਪੇ ਕੇ ਆਂਦੀ। ਚਲੋ ਚਲੋ ਚਲੋ।